कल ਸਾਡੇ ਕੋਲ ਪੰਗੂੜਾ ਸਕੀਮ ਜਿਹੜੀ ਹੈਗੀ ਉਹਦੇ ਅੰਦਰ ਬੱਚੀ ਆਈ ਸੀ ਸਵੇਰੇ ਤੇ ਅਸੀਂ ਉਹਨੂੰ ਹੈਲਥ ਚੈੱਕਅਪ ਲਈ ਪਾਰਵਤੀ ਦੇਵੀ ਹਸਪੀਟਲ ਸ਼ਿਫਟ ਕਰ ਦਿੱਤਾ ਸੀ ਐਂਡ ਅਸੀਂ ਇਹਦੀ ਰਿਪੋਰਟ ਜਿਹੜੀ ਹੈਗੀ ਹੈ ਚਾਈਲਡ ਵੈਲਫੇਅਰ ਕਮੇਟੀ ਜਿਹੜੀ ਹੁੰਦੀ ਐਜ਼ ਪਰ ਲਾਅ ਅਸੀਂ ਉਹਨਾਂ ਨੂੰ ਕਰ ਦਿੱਤੀ ਸੀ ਉਹਨਾਂ ਦੇ ਹੁਕਮਾਂ ਅਨੁਸਾਰ ਅਸੀਂ ਬੱਚੀ ਨੂੰ ਅੱਜ ਲੁਧਿਆਣੇ ਵਿੱਚ ਬਾਬਾ ਭੂਰੀ ਵਾਲੇ ਹੈਗੇ ਨੇ ਜਿਹੜੇ ਕਾਰਾ ਏਜੰਸੀ ਹੁੰਦੀ ਹੈ ਉਹਦੇ ਉਹਨਾਂ ਵੱਲ ਅਸੀਂ ਅੱਜ ਭੇਜਣਾ ਸੀ ਉਹਨਾਂ ਨੂੰ ਬੱਚੇ ਨੂੰ ਪਰ ਜਦੋਂ ਅਸੀਂ ਕਰਨ ਲੱਗੇ ਸੀ ਉਸ ਤੋਂ ਕੁਛ ਸਮੇਂ ਪਹਿਲਾਂ ਹੀ ਬੱਚੀ ਦੇ ਫਾਦਰ ਜਿਹੜੇ ਆਪਣੇ ਆਪ ਨੂੰ ਕਲੇਮ ਕਰ ਰਹੇ ਨੇ ਉਹ ਆ ਗਏ ਨੇ ਅਤੇ ਉਹ ਆਪਣੇ ਐਕਸ਼ਨ ਨੂੰ ਰਿਪੈਂਟ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਬਹੁਤ ਵੱਡੀ ਗਲਤੀ ਹੋ ਗਈ ਹੈ ਉਹਨਾਂ ਤੋਂ ਅਤੇ ਅਸੀਂ ਉਹਨਾਂ ਦੇ ਜਿਹੜੇ ਕਲੇਮ ਜਿਹੜਾ ਕਰ ਰਹੇ ਨੇ ਉਹ ਅਸੀਂ ਵੈਰੀਫਾਈ ਕਰਨ ਲਈ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਹੁਣ ਟਾਈ ਅਪ ਕਰ ਰਹੇ ਹਾਂ ਅਸੀਂ ਇੱਕ ਵਾਰ ਵੈਰੀਫਾਈ ਕਰਾਂਗੇ ਕਿ ਵੀ ਉਹ ਜਿਹੜਾ ਜੋ ਉਹਨਾਂ ਨੇ ਗੱਲ ਕੀਤੀ ਹੈ ਕਿ ਵੈਦਰ ਉਹ ਬੱਚੀ ਉਹਨਾਂ ਦੀ ਹੈਗੀ ਹੈ ਜਾਂ ਕੋਈ ਹੋਰ ਇਸ਼ੂ ਤਾਂ ਨਹੀਂ ਹੈਗਾ ਅਤੇ ਜੋ ਵੀ ਐਜ਼ ਪਰ ਲਾਅ ਪ੍ਰੋਵੀਜ਼ਨਸ ਹੈਗੀਆਂ ਨੇ ਉਹ ਅਸੀਂ ਕੰਪਲਾਈ ਕਰਦੇ ਹੋਏ ਫਿਰ ਫਰਦਰ ਐਕਸ਼ਨ ਲਵਾਂਗੇ ਬੱਚੀ ਜੀ ਜੋ ਦੱਸ ਰਹੇ ਨੇ ਕਿ 1 January ਨੂੰ ਬੋਰਨ ਹੋਈ ਸੀ ਅਤੇ 5-6 ਦਿਨਾਂ ਦੀ ਉਮਰ ਹੈਗੀ ਹੈ ਬੱਚੀ ਦੀ ਥੋੜ੍ਹਾ ਜਿਹਾ ਮੈਡੀਕਲੀ ਉਹਦੀ ਟ੍ਰੀਟਮੈਂਟ ਚੱਲ ਰਹੀ ਹੈ ਸਲਾਈਟਲੀ ਜੌਂਡਿਸ ਵਗੈਰਾ ਦੀ ਰਿਪੋਰਟ ਆ ਰਹੀ ਹੈ ਸਾਨੂੰ ਅੱਜ ਅਤੇ ਜਦੋਂ ਕਹਿ ਰਹੇ ਨੇ ਕਿ ਬੱਚੀ 1 ਅੱਧੇ ਦਿਨ ਵਿੱਚ ਅੰਡਰ ਟ੍ਰੀਟਮੈਂਟ ਰਹੇਗੀ ਅਤੇ ਉਸ ਤੋਂ ਬਾਅਦ ਫਿਰ ਠੀਕ